बिस्मिल्लाह रहमान रहीम, अस्सलाम वालेकुम मेरे वालों सारे मेरे भैन ते भरावां नूं अल्लाह पाक हमेशा किन खुश रखे, आबाद रखे, जिहड़े दुख तकलीफ अल्लाह पाक तुहाडे दूर करे, तुहाडी जिंदगी खुशियां ही खुशियां भर दे, आमीन सुमा आमीन। वीडियो शुरू करने तो पहले एक रिक्वेस्ट कि अगर तुसीं साडा चैनल देसी विलेज फूड सबसक्राइब नहीं किया तो उन्हें सबसक्राइब कर लो, जिहड़ा बैल का बटन प्रेस कर लो ताकि साडी आने वाली हर वीडियो बर वक्त तुहानूं मिल सके। शादी दे पहले दिन वाला जोड़ा मैं पाया सी, परजुजमान वीडियो देखी सी, परजुजमान अज आए आ कह रहे हैं कि भी मैनू बलीमी वाले दिन का जोड़ा पा के दिखाओ। जो साड़ी शादी हुई सी बजूजमा हुणे नहीं सी आ सके क्योंकि भाई शाह उतो कितने काम करते सके, कोई मजबूरी बन गई सी, तो मैं कहा चलो बजूजमा मैं तेन पा के दिखा लैनी हाँ। उस दिन मैं पाया से बाद मैंने फिर कह रही थी भी मैं लहंगा पा के दिखाओ क्योंकि बार बार इन वजनी चीज़ा पाइया नहीं जाए, मैं चलो अज आई मैं तेन अपने जो बलीमी वाले दिन का जोड़ा वा वो पा के दिखा दिनी हाँ, तो पानी हाँ फिर बजूजमा मैं तैयार कर लगे। फ्राक मैं पा ली आ हम बजूजमा मैं तैयार करते हैं, देखो हूँ जिस तरह शादी ते मैं बलीमिया दिन तैयार मैं उस तरह करते हैं, थोड़ा चेंज हों वा। चलो बजूजमा हो जाओ शुरू आ जाओ। सब तो पहला बलना की बुलानी है कोई नहीं तैयार बंदा तुम बच्चिया अपन ने इन्ना सोहना तैयार किया शादी के दिन जा पहन सोने तैयार हुए थे, ਤੁਸੀਂ ਇੰਨੀ ਤਾਂ ਦਫਾ ਜਿੱਦ ਕੀਤੀ ਆ ਵੀ ਬਾਜ ਮੈਂ ਆ ਮੈਨੂੰ ਲਹਿੰਗਾ ਪਾ ਕੇ ਦਿਖਾਓ, ਲਹਿੰਗਾ ਪਾ ਕੇ ਦਿਖਾਓ। ਮੈਂ ਫਿਰ ਉਦੋਂ ਦੇਖਿਆ ਨਹੀਂ ਸੀ ਨਾ ਬਾਜੀ। ਹਾਂਜੀ ਉਦੋਂ ਵੀ ਖਿਆਲ ਕਰੇ ਭਾਈ ਕਿਤੇ ਮੇਲੇ 'ਚ ਕੰਮ ਕਰਦੇ ਸੀ। ਹਾਂਜੀ ਮੇਲੇ 'ਚ ਸੀਗੇ ਉਦੋਂ। ਤੈਬਾ ਘਰ ਹੀ ਤਿਆਰ ਹੋਈ ਸੀ। ਹਾਂਜੀ ਆਪ ਖੁਦ ਕੀਤੀ ਸੀ ਤਿਆਰ। ਬਸ ਸਹੀ ਆ। ਬਸ ਮੇਰਾ ਤੇ ਮੂੰਹ ਤੇ ਕਰੀਮ ਲਾਤੀ ਆ। ਵਧੀਆ ਸੀ। तैयार कर लेंगे जावांगे फिर सारे शादी ते अल्लाह करे सोहना हजे तो बजूजमा कपते च मसरूफ आ ਹਾਂਜੀ ਗੰਦਾ ਵਗੈਰਾ ਵੀ ਜਾਂ ਡੇ ਕੋਈ ਹਲੇ ਦੇਖਿਆ ਦੁੱਖਿਆ ਅੱਲਾ ਕੋਈ ਨੇਕ ਸਬਾਬ ਲਾ ਲਿਓ ਬਜੀ ਉਹਨਾਂ ਮੈਨੂੰ ਸ਼ੁਰੂ ਤੋਂ ਮੇਕਅਪ ਕਰਨ ਦਾ ਇੰਨਾ ਸ਼ੌਂਕ ਹੈ ਨਾ ਸਹੀ ਧਿਆਨੋਂ ਮੈਨੂੰ ਬਾਜੀ ਬਥੇਰਾ ਸ਼ੌਂਕ ਆ ਫਿਰ ਬੱਚੇ ਅੱਜ ਪੈ ਕੇ ਬਾਜੀ ਹਾਂ ਜਾਵੇ ਬੰਦਾ ਆਪ ਤਿਆਰ ਹੋਵੇ ਜਾਵੇ ਬੱਚੇ ਕਰੇ ਤਿਆਰ ਮਾਸ਼ਾਅੱਲਾ ਬੱਚੇ ਤੇਰੇ ਬਹੁਤ ਪਿਆਰ ਲੱਗਣ ਦੇ ਸੀ ਫਿਰ ਉਹ ਫਿਰ ਵਾਲਾ ਬਣਿਆ ਸੀ ਬਹੁਤ ਪਿਆਰ ਲੱਗਦਾ ਸੀ मैनू ना पिछे जी आदन ने तैयार एक दफा किया जिद कर दी सी आंटी मैं तैयार करना तुहानू ते कोई पता नहीं कित कित बाजू ना छाव प ਅੱਧੀਆਂ ਚੀਜ਼ਾਂ ਦਰਵਾਜ਼ਾ ਚ ਆਦੀਆਂ ਹੈ ਗਿੱਲਾ ਮਿਸ ਕਰਨ ਵਾਲਾ ਹੈਗਾ ਕਿਆ ਹੈਗਾ ਛੋਟੀ ਉਹ ਨਾ ਨਹੀਂ ਉਹ ਵਾਟਰਪ੍ਰੂਫ ਹਾਂਜੀ ਦਰਵਾਜ਼ਾ ਚ ਸ਼ੀਸ਼ਾ ਇੱਕ ਦਫਾ ਦੇਖ ਲਈ ਬੇਸਟੀ ਜ਼ਬਰਦਸਤ ਠੀਕ ਹੁਣ ਸੀ ਛੱਡੀ
ਦਿਲ ਵਾਲੀ ਕਿੰਨੀ ਛੋਟੀ ਜੀ ਯਾਰੀ ਜਿੱਦਾਂ ਕਹੋ ਤੇਰਾ ਕਲਰ ਲਗਾਉਣ ਲੱਗੇ ਬਾਹਰੋਂ ਆਵੇ ਪਛਾਣ ਚਲੋ ਕੁਛ ਤੇ ਬੋਲੂਗੇ ਕਈ ਸਾਰੀਆਂ ਭੈਣਾਂ ਦੇ ਖੁਆਇਸ਼ ਸੀਗੀ ਵੀ ਕਹਿੰਦੇ ਸੀ ਵੀ ਆਪਣੀ ਸ਼ਾਦੀ ਦੀ ਵੀਡੀਓ ਨਾ ਦਿਖਾਇਓ ਮੈਂ ਜਿਹਨੂੰ ਸ਼ਾਦੀ ਦੀ ਵੀਡੀਓ ਅਸੀਂ ਬਣਾਈ ਨਹੀਂ ਸੀ ਬਸ ਕੁਛ ਚੰਦ ਤਸਵੀਰਾਂ ਵਾ ਜਿਵੇਂ ਧਿਆਨ ਉਹਨਾਂ ਦੇ ਘਰ ਦਿੰਦੇ ਤੁਸੀਂ ਇੰਨੀ ਦਫ਼ਾ ਕਿਹਾ ਸੀ ਸ਼ਾਦੀ ਦੀ ਵੀਡੀਓ ਨਹੀਂ ਬਣਾਈ ਸੀਗੀ ਖੁਦ ਕਿਹਾ ਸੀ ਹਾਂਜੀ ਚਲੋ ਹੁਣ ਖੁਦ ਤਿਆਰ ਦੇਖ ਖੁਦ ਹੀ ਤਿਆਰ ਕਰਕੇ ਦੇਖ ਲਓ ਮੈਂ ਕਿਸ ਤਰ੍ਹਾਂ ਦੀ ਲੱਗਣ ਦੇਈ ਅਤੇ ਦੂਸਰਾ ਲਹਿੰਗਾ ਵੀ ਮੈਂ ਤੁਹਾਨੂੰ ਕਿਸ ਦਿਨ ਨਾ ਪਾ ਕੇ ਦਿਖਾ ਦੂੰਗੀ ਤੇਰਾ ਚਾਅ ਪੂਰਾ ਕਰ ਦੂੰਗੀ ਠੀਕ ਮਾਸ਼ਾ ਸੂਟ ਤਾਂ ਸੋਹਣਾ ਲੱਗਾ ਪਿਆ ਤੁਹਾਡੇ ਲਹਿੰਗਾ ਰੈਡ ਸੀਗਾ ਠੀਕ ਇਹ ਦੋਨੋਂ ਇੱਧਰ ਲਈ ਆ ਅੱਛਾ ਉੱਧਰ ਮੈਂ ਲਹਿੰਗਾ ਲਿਆ ਸੀਗਾ ਜਿਹਦੇ ਫਿਰ ਵਾਪਸੀ ਕਰਕੇ ਨਾ ਕੱਪੜੇ ਲੈ ਲਏ ਸੀਗੇ ਕਦੇ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਅਸੀਂ ਨਾ ਇੱਧਰ ਲਈ ਪਾਉਣੇ ਆ ਠੀਕ ਮੈਂ ਕਿਸੇ ਉਸ ਮਤਲਬ ਕਿੱਟ 'ਚ ਹੈਗੀ ਆ ਕਲਰ ਵਾਲੀ ਟਿਸ਼ੂ ਕਰਨਾ ਸਾਡੀ ਫੂਟੀ ਦਿੰਦਾ ਬਾਹਰ ਠੀਕ ਆ ਮੈਂ ਨਾ ਭਾਬੀ ਨੂੰ ਖੁਦ ਤਿਆਰ ਕੀਤਾ ਸੀ ਮੈਂ ਸੀ ਪਰ ਮੇਰੀ ਭਾਬੀ ਸੀਗੀ ਮਤਲਬ ਮੇਰੀ ਮਾਸੀ ਦੀ ਬਹੂ ਸੀ ਅੱਛਾ ਨਾ ਨੀ ਮੈਂ ਕਰੀ ਚਲੋ ਨਾ ਨੀ ਮੈਂ ਕਰੀ ਚਲੋ ਚਲੋ ਕੌਣ ਖੈਰ ਤੁਹਾਡਾ ਹੈਗਾ ਇੱਕ ਵਾਰੀ ਚਾਹ ਪੂਰਾ ਕਰ ਲਈਏ ਦੁਨੀਆਂ ਕਹਿੰਦੀ ਤੂੰ ਮੂੰਹ ਤੇ ਇੰਨਾ ਆਟਾ ਲਾਇਆ ਸੀ ਠੀਕ
ठीक है ठीक है, अपनी पजामा तैयार करना उसी करी चलो। उनकी रह गया था हमने कोशिश करा भी लाली बनाने लगी मेनू चंगी लगी ना तुसी मतलब साड़ियां भैन सारियां अच्छी लगी इंशाल्लाह दूसरी और प्याज दराज चोल है दराज तीन चार पे है गे हाँ जी है गे जिसमें लेते जाएगा आज हाँ जी उन्ना तो मेरे ख्याल ना ही जरा आसानी ना लेते जाए
ਚਲੋ ਕੋਈ ਨੀ ਦੇ ਦਿੰਦੇ ਤੇਜ਼ ਲਾਓ ਥੋੜੀ ਜੀ ਬੜੀ ਨੀ ਮਿਲ ਨਹੀਂ ਤੇਜ਼ ਲਾਓ ਚਲੋ ਹੁਣ ਜ਼ੋਰ ਤੋਂ ਜ਼ੋਰ ਲਾਉਣਾ ਲਾਈ ਚਲੋ ਬਸ ਬਸ ਹੁਣ ਹਾਂਜੀ ਪੈਕ ਕਰ ਦਿਓ ਫਿਰ ਉਹਨਾਂ ਦਾ ਸਮਾਨ ਕਿਸੇ ਹੋਰ ਬਾਜੀ ਉਸਮਾਨ ਮੈਨੂੰ ਤਿਆਰ ਕੀਤਾ ਵਾ ਜਿੰਨੀਆਂ ਵੀ ਭੈਣਾਂ ਦੇਖਣ ਵਾਲੀਆਂ ਵਾ ਜ਼ਰੂਰ ਦੱਸਿਓ ਕਿ ਮੈਨੂੰ ਬਾਜੀ ਉਸਮਾਨ ਨੇ ਕਿਸ ਤਰ੍ਹਾਂ ਦਾ ਤਿਆਰ ਕੀਤਾ ਮੈਂ ਤਾਂ ਸ਼ੀਸ਼ਾ ਨਹੀਂ ਦੇਖਿਆ ਪਿਛਲੀ ਜਿਹੜੀ ਵੀਡੀਓ ਸੀ ਬਣਾਈ ਚੌਧਰੀ ਸਾਹਿਬ ਨੇ ਮੈਨੂੰ ਤਿਆਰ ਕੀਤਾ ਸੀ ਐਤਕੀ ਬਾਜੀ ਉਸਮਾਨ ਨੇ ਤਿਆਰ ਕੀਤਾ ਬਾਜੀ ਉਸਮਾਨ ਦੀ ਬਹੁਤ ਜ਼ਿਆਦਾ ਖੁਆਇਸ਼ ਸੀਗੀ ਕਿ ਬਾਜੀ ਮੈਂ ਤੁਹਾਨੂੰ ਦੁਲਹਨ ਦੇ ਰੂਪ 'ਚ ਦੇਖਣਾ ਚਾਹੁੰਦੀ ਹਾਂ ਬਾਜੀ ਉਸਮਾਨ ਹੁਣ ਸਾਡੀ ਸ਼ਾਦੀ 'ਤੇ ਨਹੀਂ ਸੀ ਆ ਸਕੇ ਬਾਜੀ ਉਸਮਾਨ ਨੇ ਮੈਨੂੰ ਤਿਆਰ ਕੀਤਾ ਵਾ ਵੀਡੀਓ ਨੂੰ ਅਸੀਂ ਇੱਥੇ ਐਂਡ ਕਰਦੇ ਹਾਂ ਅਗਰ ਸਾਡੀ ਵੀਡੀਓ ਸਾਡੇ ਭੈਣ ਭਾਈਆਂ ਨੂੰ ਅੱਛੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਸਾਨੂੰ ਦਿਓ ਇਜਾਜ਼ਤ ਰੱਬ ਸੁਣਦੇ ਵਾਲੇ ਰੱਬ ਰੱਖਾ ਅੱਲਾ ਹਾਫਿਜ਼